सत श्री अकाल जी, मैं हाँ गगनदीप सिंह आनंदपुरी। तुसी जुड़े हो सिख चैनल दे नाल। पंजाब दे विच किसानां दी हालत दिन ब दिन बदतर होंदी जा रही है। पंजाब सरकार दी आम आदमी पार्टी वाली सरकार जदों सत्ता च आउण तों पहलां कई वादे कीते सन ते कई मंत्रियां दे अहुदे आउण तों पहलां 5-5 मिंट दे विच जो MSP देण दी वी गल फसलां ते कीती गई सी, पर ਉਹ ਇੱਕ ਕਲੀਅਰ ਕਰ ਦਿੱਤਾ ਗਿਆ ਸੀ ਕਿ ਉਹ ਅਣਜਾਣਪੁਣੇ ਦੇ ਵਿੱਚ ਕਿਹਾ ਗਿਆ ਸੀ। ਪਰ ਸਰਕਾਰ ਦਾ ਹੁਣ ਫਰਜ਼ ਬਣਦਾ ਕਿ ਉਹ ਕਿਸਾਨਾਂ ਵੱਲ ਵੀ ਧਿਆਨ ਦੇਣ, ਜੋ ਕਿਸਾਨਾਂ ਦੀਆਂ ਮੰਗਾਂ ਨੇ ਜਾਂ ਕਿਸਾਨਾਂ ਨੂੰ ਜੋ ਵਾਅਦੇ ਕੀਤੇ ਸਨ ਸਰਕਾਰ ਨੇ, ਉਸ ਨੂੰ ਪੂਰਾ ਕਰਨ ਦਾ ਹੁਣ ਸਮਾਂ ਆ, ਉਹ ਆ ਚੁੱਕਾ ਹੈ। ਅਤੇ ਜਿਹੜੀ ਆਪ ਸਰਕਾਰ ਸੱਤਾ 'ਚ ਆਉਣ ਤੋਂ ਪਹਿਲਾਂ ਇਹ ਵਾਅਦੇ ਕਰਦੀ ਸੀ ਕਿ ਮਾਰਚ 2022 ਤੋਂ ਬਾਅਦ ਪੰਜਾਬ ਦਾ ਕੋਈ ਵੀ ਨੁਕਸਾਨ ਨਹੀਂ ਹੋਏਗਾ, ਪੰਜਾਬ ਦਾ ਕੋਈ ਵੀ ਕਿਸਾਨ ਜਿਹੜਾ ਆ ਉਹ ਖੁਦਕੁਸ਼ੀ ਨਹੀਂ ਕਰ ਸਕੇਗਾ ਅਤੇ ਨਾ ਹੀ ਕਰੇਗਾ ਅਤੇ ਨਾ ਹੀ ਉਹਨੂੰ ਕਰਨ ਦਿੱਤੀ ਜਾਏਗੀ। ਅਤੇ ਕੁਦਰਤੀ ਕਰੋਪੀਆਂ ਦੇ ਮਾਰੇ ਕਿਸਾਨ ਆਏ ਦਿਨ ਉਹਨਾਂ ਦਾ ਬੁਰਾ ਹਾਲ ਹੋ ਰਿਹਾ ਅਤੇ ਬੁਰਾ ਹਾਲ ਜਿਹੜੀ ਹੈ ਕੁਦਰਤੀ ਕਰੋਪੀ ਕਰਦੀ ਆ ਰਹੀ ਹੈ, ਚਾਹੇ ਉਹ ਨਰਮਾ ਦੇ ਬੀਜ ਹੋਵੇ, ਗੁਲਾਬੀ ਸੁੰਡੀ ਦੀ ਗੱਲ ਕਰੀਏ, ਚਾਹੇ ਸਰਕਾਰ ਦੇ ਕੁਦਰਤੀ ਕਰੋਪੀਆਂ ਵਿਰੁੱਧ ਜੋ ਬਰਬਾਦ ਫਸਲਾਂ ਦਾ ਮੁਆਵਜ਼ਾ ਦੇਣ ਤੋਂ ਮੁਕਰਨਾ ਹੋਵੇ, ਚਾਹੇ ਫਸਲਾਂ ਦੀ MSP ਵਾਅਦਾ ਕਰਕੇ MSP ਨਾ ਦੇਣ ਦੀ ਗੱਲ ਹੋਵੇ, ਇਹ ਸਭ ਸਰਕਾਰ ਦੀਆਂ ਉਹ ਕੋਝੀਆਂ ਅਤੇ ਕਿਸਾਨਾਂ ਵਿਰੋਧੀ ਨੀਤੀਆਂ ਨੇ ਜਿਨ੍ਹਾਂ ਨੇ ਕਿਸਾਨਾਂ ਨੂੰ ਕਰਜ਼ਾਈ ਕਰਕੇ ਮਰਨ ਲਈ ਮਜਬੂਰ ਕਰ ਦਿੱਤਾ। ਪਿਛਲੇ ਸਾਲ ਵੀ ਮੂੰਗੀ ਦਾ ਸਮਰਥਨ ਮੁੱਲ 7,755 ਰੁਪਏ ਪ੍ਰਤੀ ਕੁਇੰਟਲ ਮਿੱਥ ਕੇ ਸਿਰਫ 17% ਹੀ ਜਿਹੜੀ ਫਸਲ ਖਰੀਦੀ ਗਈ ਸੀ, ਇਸ ਵਾਰ ਉਸ ਤੋਂ ਵੀ ਬੁਰਾ ਹਾਲ ਹੈ। ਇਸ ਵਾਰ ਸਰਕਾਰੀ ਖਰੀਦ ਪਿਛਲੇ ਸਾਲ ਤੋਂ 77% ਘੱਟ ਹੋਈ ਹੈ। ਬਰਸਾਤ ਦੇ ਮੌਸਮ ਵਿੱਚ ਆਪਣੀ ਮਿਹਨਤ ਨੂੰ ਚੁੱਕ ਕੇ ਫਿਰਦੇ ਹੋਏ ਕਿਸਾਨ ਮੰਡੀਆਂ ਵਿੱਚ ਰੁਲਦੇ ਜਿਹੜੇ ਨਜ਼ਰ ਆਉਂਦੇ ਨੇ, ਅਤੇ ਅੱਜ ਵੀ ਕੋਈ ਉਹਨਾਂ ਕਿਸਾਨਾਂ ਦਾ ਵਾਰਸ ਨਹੀਂ ਹੈ। ਭਾਵੇਂ ਆਪ ਸਰਕਾਰ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਕਈ ਵਾਅਦੇ ਕੀਤੇ ਸਨ, ਕਿਸਾਨਾਂ ਦੀ ਖੁਸ਼ਹਾਲੀ ਦੀ ਗੱਲ ਕੀਤੀ ਸੀ ਅਤੇ ਕਿਸਾਨਾਂ ਦੇ ਅੰਦਰ ਇੱਕ ਆਸ ਜਾਗੀ ਸੀ, ਪਰ ਹੋਇਆ ਕਿ ਕਿਸਾਨਾਂ ਦੀ ਆਸ ਦਾ ਦੀਵਾ ਜਗਣ ਤੋਂ ਪਹਿਲਾਂ ਹੀ ਬੁਝ ਗਿਆ। ਨਾ ਕਰਜ਼ੇ ਦੀ ਮੁਆਫੀ ਹੋਈ, ਨਾ ਮੁਆਵਜ਼ਾ ਦਿੱਤਾ ਗਿਆ, ਸਬਸਿਡੀ ਵਾਲੇ ਨਰਮਾ ਦੇ ਬੀਜ ਦੀ ਗੱਲ ਤਾਂ ਦੂਰਦੀ ਰਹੀ ਹੈ। ਹੁਣ ਬਿਨਾਂ MSP ਮੂੰਗੀ ਸਮੇਤ ਹਰ ਫਸਲ ਰੋਲ ਦਿੱਤੀ ਹੈ। ਕਿਸਾਨਾਂ ਵੱਲੋਂ ਅੰਨਦਾਤਾ 'ਤੇ ਰਹਿਮ ਦੀ ਜਿਹੜੀ ਹੈ ਗੁਹਾਰ ਲਵਾਈ ਗਈ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੂੰਗੀ ਦੀ ਸਰਕਾਰੀ ਰੇਟ ਉੱਪਰ ਵੀ ਸਵਾਲ ਚੱਕੇ ਨੇ ਅਤੇ ਭਗਵੰਤ ਮਾਨ ਨੂੰ ਲੰਮੇ ਹੱਥੀਂ ਲੈਂਦਿਆਂ ਹੋਇਆਂ ਕਿਹਾ ਕਿ ਆਪ ਸਰਕਾਰ ਲਗਾਤਾਰ ਦੂਜੀ ਵਾਰ ਮੂੰਗੀ ਉਤਪਾਦਕਾਂ ਨੂੰ ਨਿਰਾਸ਼ ਕਰ ਰਹੀ ਹੈ, ਕਿਉਂਕਿ ਉਹਨਾਂ ਨੂੰ ਆਪਣੀ ਉਪਜ ਜਿਹੜੀ ਹੈ ਘੱਟ ਮੁੱਲ ਉੱਤੇ ਵੇਚਣ ਦੇ ਲਈ ਮਜਬੂਰ ਹੋਣਾ ਪੈ ਰਿਹਾ, ਕਿਉਂਕਿ ਸਰਕਾਰੀ ਏਜੰਸੀਆਂ ਮੂੰਗੀ ਦੀ ਖਰੀਦ ਕਰਨ ਵਿੱਚ ਅਸਫਲ ਹੋ ਰਹੀਆਂ ਨੇ। ਫੇਸਬੁੱਕ ਇੱਕ ਪੋਸਟ ਸਾਂਝੀ ਕਰਕੇ ਸੁਖਬੀਰ ਬਾਦਲ ਨੇ ਕਿਹਾ ਕਿ 7,755 ਰੁਪਏ ਪ੍ਰਤੀ ਕੁਇੰਟਲ ਦੇ ਘੱਟੋ ਘੱਟ ਸਮਰਥਨ ਮੁੱਲ 'ਤੇ ਮੂੰਗੀ ਦੀ ਤੁਰੰਤ ਖਰੀਦ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਜਿਹੜਾ ਮੰਗ ਕਰਦਾ ਹੈ ਕਿ ਭਗਵੰਤ ਮਾਨ ਦੀ ਆਪ ਵਾਲੀ ਸਰਕਾਰ ਮੂੰਗੀ ਉਤਪਾਦਕਾਂ ਨੂੰ ਪ੍ਰਾਈਵੇਟ ਵਪਾਰੀਆਂ ਕੋਲ ਘੱਟ ਰੇਟ 'ਤੇ ਫਸਲ ਵੇਚਣ ਕਾਰਨ ਹੋਏ ਨੁਕਸਾਨ ਦਾ ਜਿਹੜਾ ਆ ਸਰਕਾਰ ਮੁਆਵਜ਼ਾ ਵੀ ਦੇਵੇ। ਅਤੇ ਉਹਨਾਂ ਨੇ ਨਾਲ ਇਹ ਵੀ ਕਿਹਾ ਕਿ ਪਿਛਲੇ ਸਾਲ ਕਿਸਾਨਾਂ ਨੇ ਮੁੱਖ ਮੰਤਰੀ ਦੀ ਨਿੱਜੀ ਅਪੀਲ 'ਤੇ ਭਰੋਸੇ 'ਤੇ ਬਾਅਦ ਜਿਹੜੀ ਮੂੰਗੀ ਦੀ ਬਿਜਾਈ ਕੀਤੀ ਸੀ, ਉਹਨਾਂ ਦੀ ਉਪਜ ਸਮਰਥਨ ਮੁੱਲ ਯਾਨੀ ਕਿ MSP ਖਰੀਦੀ ਜਾਵੇ। ਹਾਲਾਂਕਿ ਸਰਕਾਰ ਨੇ ਮੰਡੀ ਵਿੱਚ ਆਉਣ ਵਾਲੇ ਕੁੱਲ ਉਪਜ ਦਾ ਸਿਰਫ 17% ਹੀ ਖਰੀਦਿਆ। ਇਸ ਸੀਜ਼ਨ ਵਿੱਚ ਤਾਂ ਸਰਕਾਰੀ ਖਰੀਦ ਜਿਹੜੀ ਹੈ ਹੋਰ ਵੀ ਜ਼ਿਆਦਾ ਜਿਹੜੀ ਹੈ ਘੱਟਦੀ ਨਜ਼ਰ ਆਈ ਹੈ, ਮੁਕਾਬਲੇ ਵਿੱਚ 77% ਘੱਟ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਇੱਥੇ ਬਸ ਨਹੀਂ ਹੋ ਜਾਂਦੀ। ਜੇਕਰ ਮੱਕੀ ਬੀਜਣ ਵਾਲਿਆਂ ਦੀ ਗੱਲ ਕਰੀਏ, ਮੱਕੀ ਬੀਜਣ ਵਾਲੇ ਕਿਸਾਨਾਂ ਨੂੰ ਖੱਜਲ ਖੁਆਰ ਜਿਹੜਾ ਆ ਲਗਾਤਾਰ ਕੀਤਾ ਜਾ ਰਿਹਾ। ਮੱਕੀ ਦਾ 2,090 ਰੁਪਏ ਪ੍ਰਤੀ ਕੁਇੰਟਲ ਘੱਟੋ ਘੱਟ ਸਮਰਥਨ ਮੁੱਲ ਹੋਣ ਦੇ ਬਾਵਜੂਦ ਵੀ ਕਿਸਾਨ 1900 ਰੁਪਏ ਪ੍ਰਤੀ ਕੁਇੰਟਲ ਮੱਕੀ ਵੇਚ ਰਿਹਾ, ਜਦਕਿ 190 ਰੁਪਏ ਕਿਸਾਨ ਨੂੰ ਕੁਇੰਟਲ ਪਿੱਛੇ ਜਿਹੜਾ ਆ ਘਾਟਾ ਖਾ ਰਿਹਾ। ਅਤੇ ਕੱਲ੍ਹ ਬੀਤੇ ਦਿਨ ਭਗਵੰਤ ਮਾਨ ਵੱਲੋਂ ਇੱਕ ਵੀਡੀਓ ਜਾਰੀ ਕੀਤਾ ਗਿਆ ਸੀ, ਜਿਸ ਦੇ ਵਿੱਚ ਅਧਿਆਪਕਾਂ ਦੀ ਤਨਖਾਹਾਂ ਨੂੰ ਦੇ ਵਿੱਚ ਵਾਧਾ ਕੀਤਾ ਗਿਆ ਸੀ ਅਤੇ ਭਗਵੰਤ ਮਾਨ ਵਾਲੀ ਆਪ ਸਰਕਾਰ ਆਪਣੀ ਪਿੱਠ ਥਪਥਪਾਉਂਦੀ ਨਜ਼ਰ ਆਉਂਦੀ ਹੈ। ਪਰ ਦੇਖਣਾ ਇਹ ਹੋਏਗਾ ਕਿ ਭਗਵੰਤ ਮਾਨ ਵਾਲੀ ਆਪ ਸਰਕਾਰ ਕਿਸਾਨਾਂ ਦਾ ਹੱਥ ਕਦੋਂ ਫੜਦੀ ਹੈ, ਕਦੋਂ ਦੇਸ਼ ਦੇ ਢਿੱਡ ਭਰਨ ਵਾਲੇ ਅੰਨਦਾਤਾ ਦੀਆਂ ਮੁਸ਼ਕਲਾਂ ਉਹਨਾਂ ਦੇ ਕੰਨੀ ਪੈਣਗੀਆਂ ਜਾਂ ਉਹਨਾਂ ਦੇ ਸਰਕਾਰੀ ਦਰਬਾਰੇ ਪਹੁੰਚਣਗੀਆਂ ਅਤੇ ਕਦੋਂ ਇਹਨਾਂ ਦਾ ਹੱਲ ਕੀਤਾ ਜਾਏਗਾ।
ਹੁਣ ਵੇਖਣਾ ਇਹ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਰਹਿੰਦੇ ਸਮੇਂ ਦੇ ਵਿੱਚ ਸਰਕਾਰ ਕਿਸ ਤਰ੍ਹਾਂ ਕਿਸਾਨਾਂ ਦੀ ਬਾਂਹ ਫੜਦੀ ਹੈ ਅਤੇ ਕਿਸਾਨਾਂ ਦੇ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਚੱਲਦਾ ਹੈ ਕਿ ਕਿਸਾਨ ਆਉਣ ਵਾਲੇ ਸਮੇਂ ਦੇ ਵਿੱਚ ਕਰਜ਼ਾ ਮੁਆਫੀ ਦੇ ਲਈ ਇਸੇ ਤਰ੍ਹਾਂ ਤੜਫਦੇ ਰਹਿਣਗੇ ਜਾਂ ਫਿਰ ਖੁਦਕੁਸ਼ੀਆਂ ਕਰਦੇ ਰਹਿਣਗੇ ਜਾਂ ਖੁਦਕੁਸ਼ੀਆਂ ਦਾ ਦੌਰ ਇਸੇ ਤਰ੍ਹਾਂ ਚੱਲਦਾ ਰਹੇਗਾ। ਸੋ ਇਹ ਇੱਕ ਵੱਡੀ ਕਿਸਾਨਾਂ ਵਾਸਤੇ ਚੁਣੌਤੀ ਵੀ ਹੈ ਅਤੇ ਆਪ ਸਰਕਾਰ ਜੋ ਰਹਿੰਦੇ ਸਮੇਂ ਵਿੱਚ ਇਹਨਾਂ ਵਾਅਦਿਆਂ ਨੂੰ ਕਿਵੇਂ ਪੂਰਾ ਕਰਦੀ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੀ ਪਤਾ ਲੱਗੇਗਾ। ਸੋ ਹਰ ਇੱਕ ਖਬਰ 'ਤੇ ਰੱਖਾਂਗੇ ਨਜ਼ਰ, ਜੁੜੇ ਰਹੋ ਸਿੱਖ ਚੈਨਲ ਦੇ ਨਾਲ। ਇੱਕ ਨਵੇਂ ਪੋਸਟ ਦੇ ਨਾਲ ਮੈਂ ਫਿਰ ਹਾਜ਼ਰ ਹੋਵਾਂਗਾ, ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।